ਛੱਡਿਆ ਖਬਰੇ ਛੱਡਿਆ ਤਾਂ ਕਿ ਸਟੇਜ 'ਤੇ ਭੀੜ ਨਾ ਹੋਵੇ। ਇਹ ਜਿਹੜੀ ਫਿਲਮ ਵਾ ਰਹੀ ਹੈ ਇਹਦੇ ਰਾਹੀਂ ਵਿੱਚ ਭੰਗ ਨਾ ਪਵੇ। ਭਾਈ ਸਾਹਿਬ ਉੱਥੇ ਖੜੇ ਹੋਣਗੇ, ਉਹਨਾਂ ਦੇ ਕੰਨ 'ਚ ਕਹਿੰਦੇ ਨੇ ਵੀ ਮਹਾਂਪੁਰਸ਼ ਜਾਣਗੇ, ਇੱਕ ਕੋਈ ਵੀ ਸੇਵਾ ਦਾ ਜਾਵੇ। ਇਸ ਬੇਨਤੀ ਤੇ ਆਪਾਂ ਆਦ ਤੋਂ ਅੰਤ ਤੱਕ ਫੁੱਲ ਚੜਾਉਂਦੇ ਹਾਂ, ਯਾਨੀ ਪੰਜ ਦਿਨ ਇਸ ਗੱਲ 'ਤੇ ਪਹਿਰਾ ਦੇਣਾ ਵੀ ਜਿੱਥੇ ਵੀ ਕੋਈ ਸੇਵਾਦਾਰ ਖੜਾ ਹੈ ਉਹਦੀ ਆਪਾਂ ਬੇਨਤੀ ਨੂੰ ਹੁਕਮ ਮੰਨਣਾ ਹੈ ਵੀ ਜੋ ਇਹ ਹੁਕਮ ਕਰਤਾ ਮੈਂ ਸਿਰ ਮੱਥੇ ਤੇ ਲਵਾਉਣਾ, ਗੁਰੂ ਦੀਆਂ ਖੁਸ਼ੀਆਂ ਹਾਸਲ ਕਰਨੀ। ਸਮਾਂ ਨਹੀਂ ਆ ਗਿਆ ਦਿੰਦਾ ਕਿ ਬਹੁਤਾ ਕੁਛ ਕਿਹਾ ਜਾਵੇ। ਸਮਾਂ ਬੜਾ ਕੀਮਤੀ ਹੈ, ਇੱਕ ਹੈ ਸਮੇਂ ਦਾ ਸਦਮਾ ਹੋਣਾ, ਇੱਕ ਹੈ ਸਮੇਂ ਦਾ ਪਾਸ ਹੋਣਾ। ਜਿਹੜੇ ਅੱਜ ਇੱਥੇ ਨਹੀਂ ਆ ਸਕੇ ਉਹਨਾਂ ਦਾ ਪਾਸ ਤਾਂ ਹੋ ਗਿਆ, ਜਿਹੜੇ ਆ ਚਾਰ ਦੁਆਰੇ ਅੰਦਰ ਬੈਠੇ ਆ ਇਹਨਾਂ ਦਾ ਸਮਾਂ ਸਫਲਾ ਹੋ ਗਿਆ, ਸਵਾਸ ਸਫਲੇ ਹੋ ਗਏ। ਇਹ ਜ਼ਰੂਰ ਤੁਸੀਂ ਦੇਖੋਗੇ ਵੀ ਜਿਹੜਾ ਇਸ ਪੰਡਾਲ ਵਿੱਚ ਨਹੀਂ ਆਏਗਾ ਉਹ ਪਛਤਾਏਗਾ ਜ਼ਰੂਰ, ਜਦੋਂ ਤੁਸੀਂ ਜਾ ਕੇ ਦੱਸੋਗੇ ਵੀ ਉੱਥੇ ਕੀ ਸਹੂਲਤਾਂ ਸਨ। ਕਲਯੁਗ ਦੇ ਵਿੱਚ ਸਤਿਯੁਗ ਦੇ ਪ੍ਰਤੱਖ ਨਜ਼ਾਰੇ ਦੇਖਣ ਵਿੱਚ ਆਏ, ਉਹਨਾਂ ਨੂੰ ਪਛਤਾਵਾ ਹੀ ਰਹੇਗਾ, ਇਹੀ ਕਿਹਾ ਜਾ ਸਕਦਾ ਹੈ। ਕਾਹੇ ਜਾ ਗਾਏ ਰਾਮ ਰਾਜ। ਆਓ ਹੁਣ ਬਾਬਾ ਠਾਕਰ ਸਿੰਘ ਜੀ ਉੱਚੇ ਤੇ ਸੁੱਚੇ ਜੀਵਨ ਵਾਲੇ ਨਿਰਪੱਖ ਨਿਰੀਛਤ ਪਵਿੱਤਰ ਆਤਮਾ ਜਿਨ੍ਹਾਂ ਨੇ ਬ੍ਰਹਮ ਗਿਆਨੀ ਸੰਤ ਗੁਰਬਚਨ ਸਿੰਘ ਜੀ ਹੋਣਾ ਤੋਂ ਰੂਹਾਨੀ ਵਿਦਿਆ ਪੜ੍ਹੀ, ਉਹ ਸੰਗਤਾਂ ਨੂੰ ਫਤਿਹ ਬੁਲਾਉਣ ਲਈ ਸਟੇਜ ਤੇ ਆ ਰਹੇ ਨੇ। ਸਾਰੀਆਂ ਸੰਗਤਾਂ ਉਹਨਾਂ ਦੇ ਸਵਾਗਤ ਦੇ ਲਈ ਜੀਆਂ ਕਹਿਣ ਲਈ ਬੋਲੇ।